ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਗਾਈਡਲਾਈਨਸ ਜਾਰੀ ਕੀਤੀ ਗਈ ਹੈ ਕਿ ਸਕੂਲ ਦੇ ਸਮੇਂ ਦੌਰਾਨ ਟੀਚਰ ਆਪਣੇ ਫੋਨ ਦਾ ਇਸਤੇਮਾਲ ਨਹੀਂ ਕਰ ਸਕਣਗੇ। ਉੱਥੇ ਇਸ ਸੰਬੰਧੀ ਸਾਡੀ ਟੀਮ ਵੱਲੋਂ ਲੁਧਿਆਣਾ ਦੇ ਅੰਬੇਦਕਰ ਨਗਰ ਸਥਿਤ ਸਰਕਾਰੀ ਸਕੂਲ ਵਿੱਚ ਜਾ ਕੇ ਟੀਚਰਾਂ ਨਾਲ ਖਾਸ ਗੱਲਬਾਤ ਕੀਤੀ ਗਈ। ਬਿਲਕੁਲ ਠੀਕ ਗੱਲ ਹੈ, ਸਰਕਾਰ ਦੀ ਬਿਲਕੁਲ ਸਹੀ ਹੈ ਇਹ ਜਿਹੜੀ ਵੀ ਹੈਗੀ ਹੈ ਗੱਲ, ਅਤੇ ਪਰ ਇਹ ਹੈ ਵੀ ਕਿਸੇ ਟਾਈਮ ਸਾਨੂੰ ਕਿਸੇ ਵੇਲੇ ਉੱਪਰੋਂ ਸਾਡੇ ਕੋਲ ਡਾਕਾਂ ਮੰਗੀਆਂ ਜਾਂਦੀਆਂ ਆ, ਉਹਦੇ ਅਕੋਰਡਿੰਗ ਸਾਨੂੰ ਵੀ ਫੋਨ ਯੂਜ਼ ਕਰਨਾ ਪੈਂਦਾ। ਮੈਂ ਬਹੁਤ ਘੱਟ ਫੋਨ ਯੂਜ਼ ਕਰਦੀ ਹਾਂ, ਵੀ ਫੋਨ ਯੂਜ਼ ਬੱਚਿਆਂ 'ਚ ਬਿਜ਼ੀ ਹੋ ਜਾਂਦੇ ਆ ਫੋਨ ਨਹੀਂ, ਪਰ ਮੈਨੂੰ ਕਿਸੇ ਵੇਲੇ ਟੀਚਰ ਆ ਕੇ ਕਹੂਗੇ ਵੀ ਮੈਡਮ ਜੀ ਤੁਸੀਂ ਫੋਨ ਨਹੀਂ ਚੱਕਦੇ, ਉੱਧਰ ਉਹਨਾਂ ਨੇ ਡਾਕ ਮੰਗੀ ਆ, ਵੀ ਇਸ ਕਰਕੇ ਡਾਕ ਜ਼ਰੂਰੀ ਮੰਗਦੇ ਪਏ ਆ, ਉਹ ਇਸ ਤਰ੍ਹਾਂ ਸਾਡੇ ਕੋਲ ਮੰਗਦੇ ਆ ਵੀ ਹੁਣੇ ਅਰਜੈਂਟ ਹੁਣੇ ਸਾਨੂੰ ਜਵਾਬ ਦਿਓ ਉਹਦੇ ਕਰਕੇ। ਹਾਂਜੀ ਚੇਂਜ ਹੈਗਾ, ਅਸੀਂ ਪਹਿਲਾਂ ਵੀ ਸਾਨੂੰ ਇਹ ਮੈਸੇਜ ਆਏ ਹੋਏ ਆ ਵੀ ਫੋਨ ਨਹੀਂ ਯੂਜ਼ ਕਰਨਾ, ਅਸੀਂ ਨਹੀਂ ਕਰਦੇ, ਜਿੱਥੇ ਕਿਤੇ ਜ਼ਰੂਰਤ ਪੈਂਦੀ ਹੈ ਬਹੁਤ ਜ਼ਿਆਦਾ ਫਿਰ ਹੀ ਅਸੀਂ ਫੋਨ। ਬਿਊਰੋ ਰਿਪੋਰਟ, ਲੁਧਿਆਣਾ ਵਿਊ।